वेलकम टू खन्ना न्यूज लाइव। खन्ना शहर विच रतनहेड़ी फाटक बंद करन दे ऐलान मगरों शहर दी अद्धी आबादी विच हफरा दफड़ी मच गई, क्योंकि जिथे यह फाटक बंद होण नाल शहर दे एक पासे तों दूजे पासे जाण दा रस्ता भी बंद हो जाएगा। उत्थे ही रतनहेड़ी सने कई पिंडां तों शहर आउण लई कई किलोमीटर घूम के आना पवेगा, अते जो रस्ता आरजी तौर ते दित्ता गया है ओह बरसात कारण आवाजाई योग नहीं है, जिस कारण आम जनता नूं कई मुश्किलां दा सामना करना पैंदा है। लोकां ने SDM कोलों ढुकवां रस्ता दिवाउण दी मंग कीती है। एडवोकेट राकेश शाही ने दस्या के यह लोकां लई बहुत वड्डी समस्या है, जिसके लिए 133 CRPC अर्जी लगा दित्ती गई है। इस नाल SDM नूं स्पीकिंग आर्डर जारी करने पैणगे अते पुछना पवेगा के लोकां लई होर केड़ा रस्ता बचिया है। उन्हां अफसोस जाहिर कीता के लोकां नूं अपनी समस्यावां अर्जियां राहीं दसनियां पैंदियां हन, जदके प्रशासन अधिकारियां नूं आप कुछ नहीं दिखदा। संदीप सिंह धामी ने कहा कि रेलवे फाटक बंद होण नाल लोक बहुत ज्यादा परेशान होणगे, इसका हल कढ़ना बहुत जरूरी है। इन्हें 154 सी रतनहेड़ी रोड से रेलवे फाटक बन रहा है, वो रेलवे फाटक जो बन रहा है उन्होंने वो सड़क जी शहर आँदी है लैनो पार का जिन्ना इलाका है वह रेलवे फाटक राही शहर आँदा, इन्होंने वो रूट बंद करके एक आल्टरनेटिव रूट कच्चे पासे तो देता गली दे विच्चों जिथे सारा की चक्कर जमा हो गया। उत्थे हुण मोटरसाइकिल गिर रहे ने, कारां दे एक्सीडेंट हो रहे ने, साइकिल गिर रहे ने, बच्चियां नूं लंघना मुश्किल हो रहा है, स्कूली बच्चियां नूं लंघना मुश्किल हो रहा है। 3-4 दिन पहला PWD वालिया ने आश्वासन दिता सी भी असी यह जिहड़ा कच्चा रोड है जिथे चिक्कड़ जमा होया है इत्थे असी पत्थर पा के रस्ता चालू करावांगे। 3 दिन वेट करन तो बाद जदों रस्ता नहीं चालू होया तां अज लोग इकट्ठे हो गए, SDM साहब नूं मैनू ने दिता और 133 CRPC बकायदा एक पटीशन फाइल करती जिदे विच हुण SDM नूं स्पीकिंग ऑर्डर पास करना पऊगा भी इत्थे जिहड़ी पब्लिक नूं प्रॉब्लम आ रही है इहनूं किवें रिमूव किया जाए। SDM जदों ऑर्डर होणगे तां उहनां नूं करना पऊगा, ये मिनतां नाल एप्लीकेशन नाल या इहनां नूं खुद नूं ये प्रॉब्लमां नज़र नहीं आउंदियां ਜਿਹੜੀ ਕਿ 133 CRPC 'ਚ ਪਟੀਸ਼ਨ ਪਾਉਣ ਨੂੰ ਲੋਕ ਮਜ਼ਬੂਰ ਹੋਏ ਨੇ ਅੱਜ। ਅਤੇ ਸਰ ਕਿੰਨੀ ਕੁ ਆਬਾਦੀ ਪ੍ਰਭਾਵਿਤ ਹੋਈ ਹੈ? 1/3 ਆਬਾਦੀ ਜਿਹੜੀ ਸ਼ਹਿਰ ਦੀ ਉੱਧਰ ਪ੍ਰਭਾਵ ਹੋਈ ਹੈ ਔਰ ਜਿਹੜੇ ਜਿਨ੍ਹਾਂ ਵਾਸਤੇ ਐਡੀ ਬੜੀ ਪ੍ਰੋਬਲਮ ਆ ਰਹੀ ਹੈ। ਅੱਜ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜਾਵੇ, ਮੈਡੀਕਲ ਐਮਰਜੈਂਸੀ ਹੋ ਜਾਵੇ, ਕੋਈ ਪ੍ਰੈਗਨੈਂਸ ਲੇਡੀ ਨੂੰ ਸ਼ਹਿਰ ਲੈ ਕੇ ਜਾਣਵੇ, ਕੋਈ ਉੱਥੇ ਪ੍ਰੋਬਲਮ ਨਹੀਂ, ਉਹ ਪ੍ਰੋਵੀਜ਼ਨ ਨਹੀਂ ਹੈਗੀ ਵੀ ਉਹ ਸ਼ਹਿਰ ਦੇ ਵਿੱਚ ਆ ਸਕੇ ਵਿੱਚੋਂ ਨਿਕਲ ਕੇ ਚਿੱਕੜ ਦੇ ਵਿੱਚੋਂ। ਰੋਜ਼ੀਆਂ ਨੇ ਜਵਾਬ ਦਿੱਤਾ ਜੀ, ਕਿਹਦਾ ਨਾਮ ਹੈ ਤੁਹਾਡਾ? ਸੰਦੀਪ ਸਿੰਘ ਧਾਮੀ ਜੀ। ਮਸਲਾ ਇਸ ਤਰ੍ਹਾਂ ਜੀ, ਅੱਜ ਰੇਲਵੇ ਵਾਲਿਆਂ ਨੇ ਲਾਇਆ ਹੋਇਆ ਸੀ ਵੀ 4 ਤਰੀਕ ਨੂੰ ਅਸੀਂ ਫਾਟਕ ਪਰਮਾਨੈਂਟ ਬੰਦ ਕਰ ਦੇਣੇ ਨੇ, ਰੇਲਵੇ ਲਾਈਨ ਦਾ ਕੰਮ ਚੱਲਣਾ, ਅਤੇ ਇੱਕ ਸਾਡੇ ਉੱਥੇ ਸੀਵਰੇਜ ਕਰਕੇ ਸੜਕਾਂ ਦਾ ਬਹੁਤ ਬੁਰਾ ਹਾਲ ਆ ਜੀ, ਸੜਕਾਂ ਕੋਈ ਨਹੀਂ ਬਣੀਆਂ, ਬਰਸਾਤ ਆ, ਉੱਧਰੋਂ ਸਕੂਲ ਅੱਜ ਸ਼ੁਰੂ ਹੋ ਗਏ ਨੇ, 7-8 ਸਕੂਲ ਆ, ਅਤੇ ਬਹੁਤ ਮੁਸ਼ਕਿਲ ਆ ਜੀ, ਕਿਸੇ ਪਾਸਿਓਂ ਲੰਘਣ ਨੂੰ ਰਾਹ ਨਹੀਂ। ਇੱਕ ਅਲਟਰਨੇ ਸਾਡੇ ਕੋਲ ਫਾਟਕੇ ਸੀਗੇ ਕ੍ਰੋਸ ਆਉਣ ਨੂੰ, ਉਹ ਵੀ ਅੱਜ ਕਹਿੰਦੇ ਨੇ ਬੰਦ ਹੋ ਜਾਣੇ ਨੇ, ਇਸ ਕਰਕੇ SDM ਸਾਹਿਬ ਕੋਲ ਆਏ ਸੀਗੇ ਇਹਦਾ ਕੋਈ ਸਾਡਾ ਹੱਲ ਕਰਾ ਕੇ ਦਿਓ ਜੀ। ਠੀਕ ਹੈ, ਮੈਡਮ ਨੇ ਕੀ ਮੈਡਮ ਕਹਿੰਦੇ ਦੇਖਦੇ ਹਾਂ ਜੀ, ਅਸੀਂ ਕਰਦੇ ਹਾਂ। ਗਗਨ ਕਾਲੀਵਾਲ ਜੀ, ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਸੀਂ ਅੱਜ SDM ਆਫਿਸ ਪਹੁੰਚੇ ਹੋ? ਅਸੀਂ ਦੇਖੋ ਅੱਜ ਦੁਖੀ ਹੋ ਕੇ SDM ਦਫ਼ਤਰ ਪਹੁੰਚੇ ਹਾਂ, ਕਿਉਂਕਿ ਸਕੂਲ ਖੁੱਲ੍ਹ ਚੁੱਕੇ ਨੇ, ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ, ਕਿਉਂਕਿ ਮੋਸਟਲੀ ਲੇਡੀਜ਼ ਨੂੰ ਹੀ ਛੱਡਣੀਆਂ ਪੈਂਦੇ ਨੇ ਬੱਚੇ ਸਕੂਲ, ਅਤੇ ਜਦੋਂ ਜਾਂਦੇ ਤਾਂ ਉੱਥੇ ਚਿੱਕੜ ਬਹੁਤ ਜ਼ਿਆਦਾ ਹੈ। SDM ਸਾਹਿਬ ਨੂੰ ਚਾਹੀਦਾ ਕਿ ਪਹਿਲ ਦਰ ਤੋਂ ਕੰਮ ਕਰਾਈਏ ਤਾਂ ਜੋ ਲੋਕਾਂ ਨੂੰ ਆਉਣ ਜਾਣ 'ਚ ਥੋੜ੍ਹੀ ਰਾਹਤ ਮਿਲੇ। ਦੂਜੇ ਪਾਸੇ SDM ਮਨਜੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਜਿਹੜੀ ਇਹ ਸਮੱਸਿਆ ਦੱਸੀ ਗਈ ਹੈ ਉਹਨਾਂ ਨੇ SDO ਨੂੰ ਮੌਕੇ 'ਤੇ ਜਾ ਕੇ ਲੋਕਾਂ ਨਾਲ ਮੁਲਾਕਾਤ ਕਰਕੇ ਢੁਕਵਾਂ ਰਸਤੇ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਹਾਂਜੀ, ਇਹ ਰੇਲਵੇ ਕਰੋਸਿੰਗ ਜਿਹੜਾ 154C ਦੇ ਉੱਤੇ ਜਿਹੜਾ ਉੱਥੇ ਸਾਡਾ ਕੰਮ ਸਟਾਰਟ ਹੋ ਰਿਹਾ, ਸੈਂਟਰ ਗੌਰਮੈਂਟ ਦਾ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਦੇ ਚੱਲਦੇ ਇਸ ਫਾਟਕ ਨੂੰ ਥੋੜ੍ਹੀ ਦੇਰ ਲਈ ਸਾਨੂੰ ਕ੍ਰੋਸ ਕਰਕੇ ਸਾਨੂੰ ਇਹਦਾ ਬਦਲਵਾਂ ਰਸਤਾ ਦੇ ਰਹੇ ਹਾਂ ਇਹਨਾਂ ਨੂੰ। ਮੈਨੂੰ ਦੱਸਣ ਆਏ ਸੀ ਕਿ ਸਾਡਾ ਫਾਟਕ ਬੰਦ ਹੋਣ ਨਾਲ ਸਾਨੂੰ ਦਿੱਕਤਾਂ ਆਉਣਗੀਆਂ, ਪਰੇਸ਼ਾਨੀਆਂ ਆਉਣਗੀਆਂ। ਮੈਂ ਉਹਨਾਂ ਨੂੰ ਇਹੀ ਕਲੀਅਰ ਕੀਤਾ ਕਿ ਅਸੀਂ ਪਬਲਿਕ ਦਾ, ਬੱਚਿਆਂ ਦੇ ਸਕੂਲ ਦੇ ਰਸਤੇ ਦਾ ਸਾਰਾ ਧਿਆਨ ਦੇ ਵਿੱਚ ਰੱਖ ਕੇ ਅਲਟਰਨੇਟਿਵ ਵੇ ਉਹਨਾਂ ਨੂੰ ਦੇ ਕੇ ਫਿਰ ਹੀ ਕੰਮ ਸਟਾਰਟ ਕਰਵਾਵਾਂਗੇ। ਮੈਂ ਅੱਜ SDO PWD BND ਦੇ ਨਾਲ ਪਿੰਡ ਵਾਲਿਆਂ ਦੀ ਇੱਥੇ ਲੋਕੇਸ਼ਨ ਦੇ ਉੱਤੇ ਇੱਕ ਮੀਟਿੰਗ ਵੀ ਫਿਕਸ ਕਰਵਾਈ ਹੈ, ਉਹ ਮੌਕੇ 'ਤੇ ਜਾ ਕੇ ਉਹਨਾਂ ਨੂੰ ਸਾਰਾ ਰਸਤਾ ਉਹਨਾਂ ਨੂੰ ਗਾਈਡ ਕਰਕੇ ਆਉਣਗੇ। ਖੰਨਾ ਤੋਂ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।